ਬਾਈ ਜੀ ਲੈ ਜੋ ਬੱਚਿਆਂ ਵਾਸਤੇ ਮੁੰਡਾ। ਕਿੰਨੇ ਦਾ ਇਹ? ਇਹ 10 ਰੁਪਏ ਦਾ ਜੀ। ਅਤੇ ਆਹ ਇਹ ਵੀ 10 ਰੁਪਏ ਦਾ ਜੀ। ਚੱਲ ਦੋਨੇ ਹੀ ਦੇ ਦੇ ਯਾਰ। ਠੀਕ ਹੈ ਜੀ, ਚੱਲ ਹਾਂ ਵੀਰ ਬਾਤ ਨਹੀਂ ਨਾ ਆਪਾਂ ਦੇ ਦੇ ਲਓ ਜੀ ਮਾਰ ਲਿਆ। ਉਹਨੂੰ ਲੱਤ ਨੂੰ ਕੀ ਹੋ ਗਿਆ ਸੀ? ਅਤੇ ਛੋਟੇ ਉਹਨਾਂ ਨੂੰ ਪੋਲੀਓ ਹੋ ਗਿਆ ਸੀਗਾ। ਅੱਛਾ, ਅਤੇ ਇਲਾਜ ਨਹੀਂ ਕਰਾਇਆ ਕਿਤੋਂ? ਇਲਾਜ ਮਾਂ ਪਿਓ ਗਰੀਬ ਸੀਗਾ, ਕੋਈ ਧਿਆਨ ਨਹੀਂ ਦਿੱਤਾ, ਨਾ ਹੀ ਇੰਨੇ ਪੈਸੇ ਸੀਗੇ ਮਾਂ ਪਿਓ ਕੋਲ, ਗਰੀਬ ਸੀਗੇ। ਹੁਣ ਜਦੋਂ ਮੈਂ ਵੱਡਾ ਫਿਰ ਮੈਂ ਲਾਲ ਪਿਓ ਦੇ ਰਿਹਾ ਹੀ ਨਹੀਂ। ਅਤੇ ਫਿਰ ਬਾਈ ਗੁਜ਼ਾਰਾ ਹੋ ਜਾਂਦਾ, ਗੁਜ਼ਾਰਾ ਬਸ ਆਈ ਹੁਣ ਦਾਲ ਰੋਟੀ ਚੱਲੀ ਜਾਂਦੀ ਆ, ਮਹਾਰਾਜ ਨੇ ਬਖਸ਼ਿਆ, ਕਿਰਤ ਕਰੀ ਜਾਂਦੇ ਹਾਂ। ਚਲੋ ਵਧੀਆ ਬਾਈ, ਮਿਹਨਤ ਕਰਕੇ ਖਾਣ ਦਾ ਕੋਈ ਹਰਜ ਨਹੀਂ। ਠੀਕ ਹੈ ਜੀ, ਠੀਕ ਹੈ ਜੀ। ਦੇ ਕੁਛ ਖਾਣ ਨੂੰ, ਕੱਲ੍ਹ ਦਾ ਕੁਛ ਖਾਧਾ ਨਹੀਂ। ਵੱਜਦੇ ਹੋ ਸਰਦਾਰ ਜੀ? ਸਰਦਾਰ ਜੀ 2 ਦਿਨ ਤੋਂ ਭੁੱਖਾ, ਕੁਛ ਨਹੀਂ ਖਾਧਾ। ਮੈਨੂੰ 10 ਰੁਪਈਏ ਦੇ ਦਿਓ, ਮੈਂ ਕੁਛ ਖਾ ਲੂੰਗਾ। ਇੱਕ ਮਿੰਟ ਖੜਾ ਹੋਈ, ਕਿਉਂ ਕੀ ਹੋ ਗਿਆ ਜੀ? ਤੂੰ ਖੜਾ ਤਾਂ ਹੋ, ਖੜਾ ਕੀ ਹੋਇਆ ਤੈਨੂੰ? ਆ ਚੰਗੇ ਭਲੇ ਰੱਬ ਨੇ ਤੈਨੂੰ ਹੱਥ ਪੈਰ ਦਿੱਤੇ ਆ, ਮਿਹਨਤ ਕਰਕੇ ਨਹੀਂ ਖਾ ਸਕਦਾ? ਕੋਈ ਕੰਮ ਧੰਦਾ ਕਰ ਲੈ। ਸਰਦਾਰ ਜੀ ਸਾਨੂੰ ਗਰੀਬਾਂ ਨੂੰ ਕੌਣ ਕੰਮ ਦਿੰਦਾ, ਸਾਨੂੰ ਤਾਂ ਭੀਖ ਮੰਗ ਕੇ ਖਾਣਾ ਪੈਂਦਾ। ਅੱਛਾ, ਐਂ ਕਰ ਆਪਦਾ ਬੋਰੀ ਬਿਹਤਰ ਹੈ ਚੱਕ ਅਤੇ ਮੇਰੇ ਨਾਲ ਚੱਲ। ਉਹ ਬੰਦਾ ਦਿੰਦਾ ਮਰੂੰਡੇ ਵੇਚ ਰਿਹਾ ਜਿਹੜਾ, ਉਹਦੇ ਦੋਨੇ ਲੱਤਾਂ ਨੂੰ ਪੋਲੀਓ ਆ, ਉਹ ਬੰਦਾ ਫਿਰ ਵੀ ਮਿਹਨਤ ਕਰਕੇ ਖਾ ਰਿਹਾ ਵਾ, ਅਤੇ ਤੂੰ ਤਾਂ ਉਹਦੇ ਦੋਨੇ ਪੈਰਾਂ 'ਤੇ ਖੜਾ ਯਾਰ, ਤੂੰ ਫਿਰ ਵੀ ਭੀਖ ਮੰਗੀ ਜਾਂਦਾ ਵਾ। ਤੂੰ ਕਹਿੰਦਾ ਸੀ ਨਾ ਸਾਨੂੰ ਕੋਈ ਕੰਮ ਨਹੀਂ ਦਿੰਦਾ। ਬਾਈ ਕੰਮ ਦੇਣਾ ਨਾ ਦੇਣਾ ਤਾਂ ਦੋਸਤ ਦੀ ਗੱਲ ਆ, ਤੁਸੀਂ ਕੰਮ ਕਰਨਾ ਹੀ ਨਹੀਂ ਚਾਹੁੰਦੇ, ਆ ਭੀਖ ਜੋ ਮੰਗਣੀ ਆਉਂਦੀ ਹੈ ਤੁਹਾਨੂੰ। ਸਰਕਾਰਾਂ ਨਹੀਂ ਸਾਡੇ ਬਾਰੇ ਸੋਚਦੀਆਂ, ਸਾਨੂੰ ਕੋਈ ਕੰਮ ਨਹੀਂ ਦਿੰਦਾ, ਆਹ ਤਾਂ ਬਸ ਬਹਾਨੇ ਆ ਬਾਈ, ਪਲੇਟ 'ਚ ਰੱਖ ਕੇ ਕੁਛ ਨਹੀਂ ਮਿਲਦਾ, ਮਿਹਨਤ ਕਰਨੀ ਪੈਂਦੀ ਹੈ ਜੇ ਕੋਈ ਖਾਣਾ ਹੋਵੇ, ਪਰ ਉਹ ਤਾਂ ਤੁਹਾਨੂੰ ਆਉਂਦੀ ਨਹੀਂ ਕਿਉਂਕਿ ਆਹ ਭੀਖ ਮੰਗਣੀ 'ਚੋਂ ਸਿੱਖੀ ਹੋਈ ਆ ਤੁਸੀਂ। ਉਹ ਕਿਸਮਤ ਨੂੰ ਦੋਸ਼ ਦੇਣਾ ਹਟ ਜਾਓ ਵੀਰੇ, ਉਹ ਦੇਖ ਲਾ ਹੁਣ ਬੰਦੇ ਦੀਆਂ ਦੋਵਾਂ ਲੱਤਾਂ ਨੂੰ ਪੋਲੀਓ ਆ, ਫਿਰ ਵੀ ਆਪਦਾ ਘਰ ਚਲਾ ਰਿਹਾ ਵਾ, ਅਤੇ ਤੁਸੀਂ ਪੜਾ ਇੱਧਰ। ਸਰਦਾਰ ਜੀ 20, 40, 50, 100, ਅਜੇ 100 ਰੁਪਏ ਦੇ ਤੂੰ ਪੈਨ ਵੀ ਲੈ ਕੇ ਵੇਚੇ ਨਾ ਤਾਂ ਇਹ ਡਬਲ ਹੋ ਜਾਣ, ਪਰ ਕਰਨਾ ਤੁਸੀਂ ਕੋਈ ਹੈ ਹੀ ਨਹੀਂ ਨਕੰਮਾ ਕਿਸੇ ਥਾਂ ਦਾ। ਉਹ ਟੁੱਟੇ ਆ ਨਹੀਂ ਯਾਰ, ਗਾਉਂ ਲੈ ਲਾ। ਸਰਦਾਰ ਜੀ ਪੈਨ ਲੈ ਲਓ ਪੈਨ, ਉਹ ਤੋਂ ਸਰਦਾਰ ਜੀ ਪੈਨ ਲੈ ਲਓ। ਕਿੰਨੇ ਦਾ ਪੈਕਟ ਆ? 50 ਦਾ ਪੈਕਟ ਜੀ। ਤਾਂ ਕਰ ਦੋ ਦੇ ਫਿਰ, ਆ ਲਓ ਜੀ ਆ ਲੈ। ਸੁਧਰ ਗਿਆ ਫਿਰ ਹੈ ਸਰਦਾਰ ਜੀ? ਉਸ ਦਿਨ ਉਹ ਬੰਦੇ ਨੂੰ ਵੇਖ ਕੇ ਨਾ ਮੈਨੂੰ ਅਕਲ ਆ ਗਈ ਸੀ, ਫਿਰ ਮੈਂ ਸੋਚਿਆ ਵੀ ਅੱਜ ਤੋਂ ਬਾਅਦ ਮੈਂ ਮਿਹਨਤ ਕਰਕੇ ਹੀ ਰੋਟੀ ਖਾਊਂਗਾ। ਚਲ ਫਿਰ ਤਾਂ ਬਹੁਤ ਵਧੀਆ ਗੱਲ ਆ ਯਾਰ। ਸ਼ੁਕਰੀਆ ਸਰਦਾਰ ਜੀ।